ਜੀ ਦੋਸਤੋ ਉਮੀਦ ਕਰਨਾ ਜੀ ਜਿੰਨੇ ਵੀ ਰਹਿ ਬ੍ਰਾ ਨੇ ਸਾਰੇ ਖੈਰ ਜੀ ਤੁਹਾਨੂੰ ਹੋਵੋਗੇ ਅੱਛਾ ਦੋਸਤੋ ਆਪਣਾ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਾਰਤਕ ਦੀ ਦੇਵੀ ਤੋਂ ਕਾਰਤਕ ਕ੍ਰੇਦੀ ਤੋਂ ਕਾਰਤਕ ਪ੍ਰੇਪਗਾਤਾ ਕਾਰਤਕ ਪ੍ਰੇਪਗਾਤਾ ਕੋਣੀ ਬਨ ਇਹਨਾਂ ਚੌਕਾਡਾਂ ਦੇ ਬਾਰੇ ਵਿੱਚ ਮੁਕੰਮਲ ਤਫਸੀਲ ਦਸਾਂਗਾ ਵੀਡੀਓ ਥੋੜੀ ਜਿਹੀ ਸ਼ਾਇਦ ਲੰਬੀ ਹੋ ਜਾਏ ਲੇਕਿਨ ਲਾਜ਼ਮੀ ਦੇਖ ਲਓ ਤੁਹਾਡੇ ਜਿੰਨੇ ਵੀ ਕਨਸੈਪਟ ਨੇ ਸਾਰੇ ਦੇ ਸਾਰੇ ਕਲੀਅਰ ਹੋ ਜਾਣਗੇ ਕੋਸ਼ਿਸ਼ ਕਰਨਾਗਾ ਤਿੰਨਾਂ ਚੌ ਮਿੰਟਾਂ ਦੇ ਵਿੱਚ ਸਾਰੀ ਇਨਫਾਰਮੇਸ਼ਨ ਤੁਹਾਨੂੰ ਦੇ ਦਵਾਂਗਾ ਅੱਛਾ ਜੀ ਆਪਣਾ ਯੂਨੀ ਕ੍ਰੈਡਿਟ ਆਪਣਾ ਬੜੇ ਦੋਸਤਾਂ ਨੇ ਰਿਕੁਐਸਟ ਕੀਤੀ ਕਿ ਭਈ ਇਹਦੀ ਐਪਲੀਕੇਸ਼ਨ ਦਾ ਕਿਸ ਤਰ੍ਹਾਂ ਯੂਜ਼ ਕਰਨੀ ਉਹਦਾ ਤਰੀਕਾ ਕਰ ਦੱਸੋ ਉਹ ਮੈਂ ਇਨਸ਼ਾਅੱਲਾ ਇੱਕ ਅਲੱਗਾ ਵੀਡੀਓ ਦੇ ਵਿੱਚ ਦੱਸਾਂਗਾ ਲੇਕਿਨ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਮੁਕੰਮਲ ਕਾਰਡਾਂ ਦੀ ਜਿਹੜੀ ਨਾ ਤਫਸੀਲ ਮੈਂ ਤੁਹਾਨੂੰ ਦੱਸਣਾ ਤੇ ਮੇਰਾ ਖੁਦ ਦਾ ਬੈਂਕ ਜਿਹੜਾ ਵੀ ਉਹ ਵਾ ਆਪਣਾ ਜੀ ਯੂਨੀ ਕ੍ਰੈਡਿਟ ਹੈ ਤੇ ਮੈਂ ਯੂਨੀ ਕ੍ਰੈਡਿਟ ਬੈਂਕ ਤੋਂ ਤੁਹਾਨੂੰ ਸਾਡੇ ਕਾਰਡਾਂ ਦੀ ਡਿਟੇਲਸ ਸਮਝ ਨਹੀਂ ਤੁਸਾਂ ਲਾਜ਼ਮੀ ਠੀਕ ਹੈ ਤੇ ਕਿਉਂਕਿ ਬੜੇ ਦੋਸਤਾਂ ਨੂੰ ਨਹੀਂ ਸਮਝ ਆ ਰਹੀ ਕਿ ਯਾਰਾ ਕਿਹੜਾ ਕਾਰਡ ਹੈ ਇਹਨੂੰ ਕਿੱਥੇ ਯੂਜ਼ ਕਰਨਾ ਵੇ ਇਹਦਾ ਕੀ ਮਤਲਬ ਹੈ ਠੀਕ ਹੈ ਮੁਕੰਮਲ ਵੀਡੀਓ ਜਿਹੜੀ ਨਾ ਦੇਖ ਲਓ ਜਿੰਨੇ ਵੀ ਨਵੇਂ ਦੋਸਤ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਲਾਜ਼ਮੀ ਕਰ ਲਿਓ ਤੇ ਆਪਣਾ ਦੋਸਤਾਂ ਦੇ ਨਾਲ ਵੀ ਸ਼ੇਅਰ ਕਰੋ ਵੀਡੀਓ ਵੀ ਸ਼ੇਅਰ ਕਰਿਆ ਕਰੋ ਚੈਨਲ ਵੀ ਸ਼ੇਅਰ ਕਰਿਆ ਕਰੋ ਤੇ ਜੀ ਆਪਣਾ ਨਾਉਨਿਕ ਕ੍ਰੈਡਿਟ ਦੀ ਵੈਬਸਾਈਟ ਓਪਨ ਕਰ ਲੈਣਾ ਤੇ ਮੁਕੰਮਲ ਤੁਹਾਨੂੰ ਡੀਟੇਲ ਸਮਝਾ ਦੇਣਾ ਕਿਹੜਾ ਕਾਰਡ ਹੈ ਤੇ ਉਹਦਾ ਕੀ ਮਤਲਬ ਹੈ ਠੀਕ ਹੈ ਇੱਥੇ ਕਾਰਡ ਤੇ ਆ ਜਾਣਾ ਕਾਰਡ ਦੇ ਉੱਪਰ ਮੈਂ ਕਲਿੱਕ ਕਰਨਾ ਅੱਛਾ ਜੀ ਇਹਨਾਂ ਕਾਰਡਾਂ ਦੀ ਡਿਟੇਲ ਸਮਝ ਲਓ ਇਹ ਉਹ ਕਾਰਡ ਨੇ ਕਿ ਜਿਹੜੇ ਸਾਡੇ ਨਾਰਮਲ ਬੈਂਕੋ ਮਤ ਹੁੰਦੇ ਨੇ ਜਦੋਂ ਅਸੀਂ ਅਕਾਊਂਟ ਖੁਲਵਾਨੇ ਆ ਤੇ ਉਦੋਂ ਇਹਨਾਂ ਤਿੰਨਾਂ ਚੋਂ ਕਾਰਡਾਂ ਦੇ ਵਿੱਚੋਂ ਸਾਨੂੰ ਇੱਕ ਕਾਰਡ ਬੈਂਕ ਵਾਲੇ ਦੇ ਦਿੰਦੇ ਨੇ ਉਹ ਕਾਰਡ ਨੇ ਠੀਕ ਹੈ ਇੱਥੇ ਉਹ ਨਹੀਂ ਕ੍ਰੈਡਿਟ ਵਾਲੇ ਵਿਜ਼ਾ ਦੇ ਰਹੇ ਨੇ ਵੀਪੇ ਦੇ ਰਹੇ ਨੇ ਤੇ ਮਾਸਟਰਡ ਦੇ ਰਹੇ ਨੇ ਅਗਰ ਤੁਸੀਂ ਉਹ ਨਹੀਂ ਕ੍ਰੈਡਿਟ ਦੇ ਵਿੱਚ ਤੁਹਾਡਾ ਅਕਾਊਂਟ ਹੈ ਤੇ ਅਗਰ ਤੁਹਾਡੇ ਕੋਈ ਵਿਜ਼ਾ ਜਾਂ ਵੀਪੇ ਹੈ ਤੁਸੀਂ ਬਿਹਤਰ ਹੈ ਕਿ ਮਾਸਟਰੋ ਲੈ ਲਓ ਉਹਨਾਂ ਕੋਲੋਂ ਮਾਸਟਰੋ ਕਾਰਡ ਲੈ ਲਓ ਇਹਦਾ ਫਾਇਦਾ ਹੈ ਵੀ ਕਿ ਤੁਸੀਂ ਆਪਣਾ ਜਿਹੜਾ ਨਾ ਕਿਸੇ ਵੀ ਮਾਰਕੀਟ ਦੇ ਵਿੱਚ ਇਸ ਕਾਰਡ ਨੂੰ ਯੂਜ਼ ਕਰ ते ए, पिन दवो तो थोड़े पैसे कटे जाएंगे अदरवाइज पैसे नहीं कटे जाएंगे लेकिन आज दूसरे ने ना कार्ड वीपे वीजा एना दे अपना ना डायरेक्ट किसी भी मिसा मिसाल के तौर पर लीडल चले जाते हो लीडल जाके कार्ड देंगे दे तो उन्होंने बगैर पिन तो ही थोड़े तो पैसे चक ले ठीक है अगर कार्ड गुम हो जाए खुदा नाज का कार्ड गुम हो जाए तो कोई ना कोई अपना तो पैसे यूज कर स लेकिन अगर आ मस्त होएगा तो फिर तुम यानी कि टेंशन नहीं होएगी ऑनलाइन बैकिंग के जरिए इन ब्लॉक करके नवा ऑर्डर भी कर सकते जो ਸਮਝ ਲਾ ਗਈ ਕਾਰਤਾ ਦੇ ਬਿਤੇ ਦੀ ਅਚਲਈ ਦੂਸਰੇ ਨੰਬਰ ਤੇ ਆ ਗਈ ਕਾਰਤਾ ਹੀ ਕਰੇ ਦਿੱਤੋ ਕਾਰਤਾ ਦੀ ਕਰੇ ਦਿੱਤੋ ਇਹ 19 ਕ੍ਰੈਡਿਟ ਵਾਲੇ ਇਹ ਕਾਰਡ ਦੇ ਰਹੇ ਨੇ 5 7 ਕਾਰਡ ਨੇ ਠੀਕ ਹੈ ਇਹਦਾ ਕ੍ਰੈਡਿਟ ਕਾਰਡ ਦਾ ਫਾਇਦਾ ਹੁੰਦਾ ਕਿ ਤੁਹਾਨੂੰ ਸਾਨੂੰ ਨਾ ਉਧਾਰ ਪੈਸੇ ਦੇ ਦਿੰਦੇ ਨੇ ਮਿਸਾਲ ਦੇ ਤੌਰ ਤੇ ਕਾਰਡ ਦੀ ਲਿਮਟ 1500 ਯੂਰੋ ਹੈ ਉਹ 1500 ਜਿਹੜਾ ਨਾ ਮੈਂ ਇੱਕ ਮਹੀਨੇ ਤੱਕ ਯੂਜ਼ ਕਰ ਸਕਣਾ ਤੇ ਮਹੀਨੇ ਦੇ ਅੰਤ ਤੇ ਇੱਕ ਡੇਟ ਹੁੰਦੀ ਹੈ ਉਸ ਤਰੀਕ ਨੂੰ ਜਿੰਨੇ ਪੈਸੇ ਮੈਂ ਯੂਜ਼ ਕਰਨੇ ਹੁੰਦੇ ਨੇ ਇਹਨਾਂ ਨੇ ਕਾਰਡ ਵਾਲਾ ਨੇ ਕੀ ਕਰਨਾ ਉਹ ਸਾਡੇ ਬੈਂਕ ਦੇ ਅਕਾਊਂਟ ਦੇ ਵਿੱਚ ਜਿੰਨੇ ਪੈਸੇ ਹੁੰਦੇ ਨੇ ਜਿੰਨੇ ਅਸੀਂ ਯੂਜ਼ ਕੀਤੇ ਹੁੰਦੇ ਨੇ ਉਹ ਪੈਸੇ ਇਹਨਾਂ ਨੇ ਚੁੱਕ ਲੈਣੇ ਨੇ ਠੀਕ ਹੈ ਤੇ ਅਗਰ ਮਿਸਾਲ ਦੇ ਤੌਰ ਤੇ ਇਸ ਇਹਨਾਂ ਕਾਰਡਾਂ ਤੇ ਅਸੀਂ ਕੋਈ ਮੋਬਾਈਲ ਵਗੈਰਾ ਕੋਈ ਚੀਜ਼ ਵੀ ਲੈ ਸਕਨੇ ਆ ਤੇ ਜਿਹੜੀ ਸਾਨੂੰ ਮਿਲ ਸਕਦੀ ਹੈ ਜਿਵੇਂ ਕਿ ਮੈਂ ਇੱਕ ਮੋਬਾਈਲ ਲੈ ਲਿਆ ਆਈਫੋਨ ਲੈ ਲਿਆ 1200 ਦਾ ਆਈਫੋਨ ਲੈ ਲਿਆ ਆਪਣੇ ਕਾਰਟਰੀ ਖਰੀਦ ਦਿੱਤਾ ਤੇ ਇਹਦੀ ਲਿਮਟ 1500 ਉਹਨਾਂ ਨੇ ਮਹੀਨੇ ਦੇ ਐਂਡ ਤੇ ਆਪਣਾ ਮੇਰੇ ਅਕਾਊਂਟ ਦੇ ਵਿੱਚ ਅਗਰ 1200 ਯੂਰੋ ਹੈ ਨੇ ਤੇ ਇਹਨਾਂ ਨੇ 1200 ਚੱਕ ਲੈਣੇ ਨੇ ਇੱਕ ਡੇਟ ਹੁੰਦੀ ਹੈ ਕਿਸੇ ਦੀ ਤੇ ਅਗਰ ਮੇਰੇ ਅਕਾਊਂਟ ਦੇ ਵਿੱਚ ਪੈਸੇ ਨਹੀਂ ਹੈ ਇਹਨਾਂ ਨੂੰ ਇਹਨਾਂ ਨੇ ਤੇ ਆਪਣੇ ਪੈਸੇ ਕੱਟ ਲੈਣ ਨੇ ਉਹ ਕਿਵੇਂ ਕੱਟਣ ਨੇ ਇਹਨਾਂ ਨੇ ਤੁਹਾਡੇ ਅਕਾਊਂਟ ਦੇ ਵਿੱਚੋਂ ਨਾ ਆਪਣਾ ਮਾਈਨਸ ਕਰ ਦੇਣਾ ਤੁਹਾਡੇ ਅਕਾਊਂਟ ਦੇ ਵਿੱਚ ਸ਼ੋ ਹੋ ਜਾਣਾ ਜੀ ਮਾਈਨਸ 1200 ਠੀਕ ਹੈ ਤੇ ਇਹਨਾਂ ਨੇ ਆਪਣੇ ਪੈਸੇ ਬੂਰੇ ਕਰ ਲੈਣ ਨੇ ਤੇ ਤੁਸੀਂ ਅਗਰ ਕੋਈ ਮੋਬਾਈਲ ਜਾਂ ਕੋਈ ਚੀਜ਼ ਲਈ ਹੈ ਇਥੋਂ ਤੇ ਤੁਸੀਂ ਰਾਤੇ ਵੀ ਕਰਵਾ ਸਕਦੇ ਜੇ ਤੁਸੀਂ ਚੀਜ਼ ਲੈ ਲਓ ਨਗਦ ਲੈ ਲਓ ਆਪਣੇ ਕਾਰਡ ਤੋਂ ਉਸ ਤੋਂ ਬਾਅਦ ਬੈਂਕ ਤੇ ਕੋਲ ਆ ਜਾਓ ਤੇ ਬੈਂਕ ਨੂੰ ਆਖੋ ਕਿ ਇਹਦੇ ਰਾਤੇ ਕਰ ਦੇਣ ਤਾਂ ਫਿਰ ਤੁਹਾਡੇ ਬੈਂਕ ਚ ਉਹਨੇ ਉਹਨੇ ਰਾਤਿਆਂ ਦੇ ਹਿਸਾਬ ਨਾਲ ਇਸ ਕਾਰਡ ਦੇ ਵਿੱਚ ਪੈਸੇ ਜਿਹੜੇ ਨਾ ਹੁੰਦੇ ਰਹਿਣਗੇ ਆਨਲਾਈਨ ਬੈਂਕਿੰਗ ਦੇ ਜ਼ਰੀਏ ਕਾਰਡ ਬੈਕ ਵੀ ਤੁਸੀਂ ਕਰ ਸਕਦੇ ਜੇ ਸਮਝ ਲੱਗ ਗਈ ਕਾਰਤਾ ਦੀ ਕ੍ਰੈਡਿਟ ਤੋਂ ਤੇ ਦੇਪੀ ਤੋਂ ਦੇ ਬਾਰੇ ਤੇ ਉਸ ਤੋਂ ਬਾਅਦ ਚੱਲਣ ਦੀ ਕਾਰ ਤੇ ਪ੍ਰੇ ਭਗਾਤੇ ਇਹ ਕਾਜ ਇਹਨੇ ਕ੍ਰੈਡਿਟ ਕਾਰਡ ਇਹਨਾਂ ਨੂੰ ਤੁਸੀਂ ਆਨਲਾਈਨ ਵੀ ਯੂਜ਼ ਕਰ ਸਕਦੇ ਜੇ ਪ੍ਰੇ ਭਗਾਤੇ ਕਾਰਡ ਟ੍ਰੇਪਗਾਤੇ ਕਾਰਡ ਫਿਲ ਹਾਲ ਜਰਣਾ ਉਹਨੇ ਕ੍ਰੈਡਿਟ ਬੈਂਕ ਕੋ ਕਲਿਕ ਕਰ ਦੇ ਰਿਹਾ ਵੇ ਤੇ ਪ੍ਰੇਪਗਾਤੇ ਕਾਰਡ ਹੁੰਦੇ ਨੇ ਮਾਸਟਰ ਕਾਰਡ ਹੁੰਦੇ ਨੇ ਜਾਂ ਵਿਜ਼ਾ ਹੁੰਦੇ ਨੇ ਠੀਕ ਹੈ ਇਹ ਤੁਸੀਂ ਆਨਲਾਈਨ ਕਿਤੇ ਵੀ ਯੂਜ਼ ਕਰ ਸਕਦੇ ਹੋ ਪੈਸੇ ਟ੍ਰਾਂਸਫਰ ਕਰਨੇ ਹੁੰਦੇ ਨੇ ਆਪਣੇ ਮੁਲਕ ਪਾਕਿਸਤਾਨ ਇੰਡੀਆ ਤੇ ਆਨਲਾਈਨ ਐਮਾਜ਼ੋਨ ਤੋਂ ਕੋਈ ਖਰੀਦਦਾਰੀ ਕਰਨੀ ਹੈ ਏਲਿਕਸਪ੍ਰੈਸ ਤੋਂ ਔਲੀਬਾਬਾ ਤੋਂ ਇਥੋਂ ਵੀ ਤੁਸੀਂ ਆਨਲਾਈਨ ਕੋਈ ਚੀਜ਼ ਖਰੀਦਦਾਰੀ ਕਰ ਸਕਦੇ ਹੋ ਲੇਕਿਨ ਇਹਦੀ ਲਿਮਟ ਹੁੰਦੀ ਹੈ ਦੇ ਵਿੱਚ ਪੈਸੇ ਅਸੀਂ ਖੁਦ ਰਿਕਾਰਡਿਕਾ ਕਰਨੇ ਹੁੰਦੇ ਨੇ ਠੀਕ ਹੈ ਜਿਵੇਂ ਅਸੀਂ ਮੋਬਾਈਲ ਦੇ ਵਿੱਚ ਨਹੀਂ ਪੈਸੇ ਪਾਉਂਦੇ ਸੈਚ ਚਾਰਜ ਕਰਨੇ ਆ 옵ਸਨ ਹੈ ਇਹਨਾਂ ਦੇ ਵਿੱਚ ਤੇ ਇਹਨਾਂ ਦੀ ਵੀ ਕਟੋਤੀ ਲੱਗਦੀ ਹੈ ਇਸ ਕਾਰਡ ਦੀ ਜਿਹੜੀ ਨਾ 1 ਯੂਰੋ ਕਟੋਤੀ ਹੈ ਤੁਸੀਂ 1 ਯੂਰੋ ਇਹਦੇ ਵਿੱਚ ਰਿਕਾਇਰ ਕਰਨਾ ਤਾਂ ਵੀ 1 ਯੂਰੋ ਕਟੋਤੀ ਕੱਟਣਗੇ ਅਗਰ 1000 ਯੂਰੋ ਕਰਨਾ ਤਾਂ ਵੀ ਇਹਨਾਂ ਨੇ 1 ਯੂਰੋ ਕਰਦਣਾ ਠੀਕ ਹੈ ਆਨਲਾਈਨ ਯੂਜ਼ ਕਰ ਸਕਨੇ ਆ ਤੇ ਉਸ ਤੋਂ ਬਾਅਦ ਹੀ ਕਾਰ ਤੇ ਪ੍ਰੇਪਗਾਤ ਕੋ ਨਹੀਂ ਬਣਾ ਗਿਆ ਇਵਨ ਇਹ ਬेटर ਹੈ ਵੀ ਤੁਸੀਂ ਅਗਰ ਕਾਰਡ ਤੇ ਪ੍ਰੇਪਗਾਤ ਲੈਣਾ ਨੇ ਨਾ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਇੱਕ ਕਾਰਡ ਚੂਜ਼ ਕਰਿਆ ਕਰੋ ਜਿਹਦੇ ਨਾਲ ਇਵਨ ਨੰਬਰ ਵੀ ਮਿਲੇ ਤੌਹ ਕਿ ਅਕਸਰ ਇਸ ਤਰ੍ਹਾਂ ਹੁੰਦਾ ਕਿ ਤੁਸੀਂ ਆਪਣਾ ਬੈਂਕ ਦਾ ਜੇਰਾ origignal IBAN ਨੰਬਰ ਕਿਸੇ ਨੂੰ ਨਹੀਂ ਦੇਣਾ ਹੁੰਦਾ ਤੁਸੀਂ ਤੇਰਾ ਅਗਰ ਤੁਹਾਡੇ ਕੋਲ ਕਾਰਡ ਹੋਵੇ prepaid ਕਾਰਡ ਹੋਵੇ ਤੇ ਤੁਸੀਂ ਉਸ ਕਾਰਡ ਦਾ ਹੀ IBAN ਨੰਬਰ ਉਹਨੂੰ ਦੇ ਸਕਦੇ ਹੋ ਹਾਲਾਂਕਿ ਕਾਰਡ ਨੰਬਰ ਵੀ ਯੂਜ਼ ਹੋ ਸਕਦਾ ਜਦੋਂ ਤੁਸੀਂ ਆਨਲਾਈਨ ਯੂਜ਼ ਕਰਨਾ ਤੇ ਕਾਰਡ ਨੰਬਰ ਯੂਜ਼ ਕਰਨਾ ਜਦੋਂ ਕਿਸੇ ਨੇ ਕਿਸੇ ਕੋਲੋਂ ਪੈਸੇ ਮੰਗਵਾਣੇ ਨੇ ਤੇ ਅਗਰ ਉਨੀ ਕ੍ਰੈਡਿਟ ਦਾਈ ਦੇ ਤਾਂ ਫਿਰ ਤੁਸੀਂ ਆਪਣਾ ਕਾਰਡ ਦਾ ਨੰਬਰ ਦੇ ਸਕਦੇ ਹੋ ਅਗਰ ਆਪਣਾ ਨਾ ਕਿਸੇ ਹੋਰ ਬੈਂਕ ਦਾ ਵੇ ਤੇ ਫਿਰ ਤੁਸੀਂ ਇਸ ਕਾਰਡ ਦਾ IBAN ਨੰਬਰ ਵੀ ਦੇ ਸਕਦੇ ਜੇ ਤੇ ਇਸ ਕਾਰਡ ਦੇ ਵਿੱਚ ਵੀ ਪੈਸੇ ਤੁਸੀਂ ਮੰਗਵਾ ਸਕਦੇ ਜੀ ਤੇ ਇਹਦੀ ਵੀ ਫੀਸ ਹੈ ਲੇਕਿਨ ਇਹਦੀ ਫੀਸ ਆਪਣਾ ਜਿਹੜੀ ਨਾ ਉਹ 50 ਸੈਂਟੀਆਂ ਨੇ ਇਹਦੇ ਵਿੱਚ ਅਗਰ ਦੀ ਕਾਰੀਗਰ ਕਰਨਾ ਹੋਵੇ ਤੇ ਉਮੀਦ ਕਰਨਾ ਸਮਝ ਲੱਗ ਗਈ ਹੋਣੀ ਹੈ ਤੁਹਾਨੂੰ ਸਾਰਿਆਂ ਨੂੰ ਤੇ ਵੀਡੀਓ ਲਾਜ਼ਮੀ ਲਾਈਕ ਕਰ ਲਿਓ ਦੋਸਤਾਂ ਨਾਲ ਸ਼ੇਅਰ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਲਾਜ਼ਮੀ ਕਰ ਲਿਓ ਕੋਈ ਮਸਲਾ ਹੋਵੇ ਕੋਈ ਸਵਾਲ ਹੋਵੇ ਤੇ ਕਮੈਂਟ ਦੇ ਵਿੱਚ ਕਰਿਓ ਤੇ ਇਨਸ਼ਾਅੱਲਾ ਮੈਂ ਸੰਡੇ ਦੀ ਸੰਡੇ ਲਾਈਵ ਆਵਾਂ ਕਰਾਂਗਾ ਤੇ ਉਹਦੇ ਵਿੱਚ ਫਿਰ ਤੁਸੀਂ ਜਰਾ ਨਾ ਮੈਨੂੰ ਸਵਾਲ ਪੁੱਛੋ ਤੇ ਮੈਂ ਤੁਹਾਨੂੰ ਜਵਾਬ ਵੀ ਦਵਾਂਗਾ ਇਨਸ਼ਾਅੱਲਾ ਮਿਲਣਾ ਨਵੀਂ ਵੀਡੀਓ ਤੇ ਜੀ ਰੱਬ ਰੱਖਾ